فيك الدراري. السلام عليكم ورحمة الله وبركاته. لو جی صبح صبح دی نماز پڑھ لئی ہے، ماشاءاللہ بیوٹیفل دن چڑھیا، فجر دا نماز دا ٹائم تقریباً آلموسٹ ختم ہو گیا، ہن اسی الحمدللہ پڑھ چکے ہیں نماز پورے دن چیسے ٹائم سکون لگدا. ہاں اللہ دا بڑا کرم ہے. صبح دی نماز بہت ضروری ہے، ساریاں بھنا تسی وی پڑھیا کرو. آواز میری سلو لگ رہی کیونکہ ستے پہ اٹھے ہیں، تے اٹھ کے نماز پڑھنی او دے واسطے جے تسی اٹھدے ہو نا، ਉਹਨੂੰ ਇਹੀ ਅਦਾ ਪਸੰਦ ਆ ਕਿ ਮੇਰੇ ਵਾਸਤੇ ਬੰਦਾ ਉੱਠਿਆ. ਸਹੀ ਕਹਿ ਰਹੇ ਹਾਂ. ਅਤੇ ਦੇਖੋ ਮਾਸ਼ਾਅੱਲਾ ਪਰਿੰਦੇ ਥੋੜ੍ਹੇ ਜਿਹੇ ਚੈਂਚ ਹੋਣ ਲੱਗ ਪਏ ਅਤੇ ਮੈਂ ਲੱਗਾ ਸੌਣ. ਹੁਣ ਫਿਰ ਦੁਬਾਰਾ ਥੋੜ੍ਹੀ ਦੇਰ ਮੈਂ ਵੀ ਸੋਈ ਜਾਂਦੀ ਹਾਂ. ਤੂੰ ਵੀ ਸੌਂ ਜਾ, ਥੋੜ੍ਹਾ ਜਿਹਾ ਰੈਸਟ ਕਰ ਲਾ. ਹਾਂਜੀ. ਅਤੇ ਅੱਲਾਹ ਖੈਰ ਅਤੇ ਵਿਹੜੇ ਪਾਰ. ਇਨਸ਼ਾਅੱਲਾ ਬਾਕੀ ਫਿਰ ਵੀਡੀਓ ਅਸੀਂ ਬਾਅਦ 'ਚੋਂ ਬਣਾਵਾਂਗੇ ਤੁਹਾਡੇ ਨਾਲ. ਉੱਠ ਕੇ ਫਿਰ ਨਾਸ਼ਤਾ ਮਾਸ਼ਤੇ 'ਤੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ. ਉਦੋਂ ਤੱਕ ਸਾਨੂੰ ਇਜਾਜ਼ਤ ਦਿਓ. ਫੁੱਲ ਨਸ਼ਾ ਚੜਿਆ ਹੋਇਆ ਹੈ ਨਾ. ਮੈਂ ਬਸ ਹੁਣ ਨੀਂਦ ਵੀ ਤਾਂ ਪੂਰੀ ਕਰਨੀ ਹੈ ਨਾ. ਅੱਲਾਹ ਤਾਲਾ ਕਬੂਲ ਫਰਮਾਏ ਨਮਾਜ਼ ਸਾਡੀਆਂ. ਹਾਂ ਟੁੱਟੀਆਂ ਫੁੱਟੀਆਂ ਨਮਾਜ਼ਾਂ ਨੇ. ਸਹੀ ਗੱਲ ਹੈ. ਬਾਕੀ ਇਬਾਦਤ ਤਾਂ ਉਹ ਸੀ ਪਹਿਲੇ ਜ਼ਮਾਨੇ 'ਚ ਹੈ ਨਾ. ਨਹੀਂ ਹੁਣ ਆਹ ਜ਼ਮਾਨਾ ਵੀ ਠੀਕ ਆ. ਇਬਾਦਤ ਤਾਂ ਇਬਾਦਤ ਇਬਾਦਤ ਹੀ ਹੁੰਦੀ ਹੈ. ਜ਼ਮਾਨੇ ਦਾ ਫਰਕ ਨਹੀਂ ਹੁੰਦਾ, ਬੰਦੇ ਦੀ ਨੀਅਤ ਦਾ ਫਰਕ ਹੁੰਦਾ. ਬੇਸਿਕਲੀ ਨੀਅਤ ਇਨਸਾਨ ਦੀ ਸਾਫ਼ ਹੋਣੀ ਚਾਹੀਦੀ ਆ, ਖੌਫੇ ਖੁਦਾ ਹੋਣਾ ਚਾਹੀਦਾ ਦਿਲ ਦੇ ਵਿੱਚ. ਨਹੀਂ ਸਹੀ ਕਹਿ ਰਹੇ ਹੋ. ਮੇਰਾ ਮਤਲਬ ਉਦੋਂ ਮੀਡੀਆ ਨਹੀਂ ਸੀ, ਉਦੋਂ ਟੀਵੀ ਨਹੀਂ ਸੀ. ਯਾਨੀ ਹੁਣ ਤਾਂ ਮੀਡੀਆ ਆ ਗਿਆ. ਹੁਣ ਤਾਂ ਤੁਸੀਂ ਮਤਲਬ ਰਾਤ ਦੇ 2 ਵਜੇ ਤੇ ਬੈਠੇ ਭਾਵੇਂ ਜਿੰਨਾ ਮਰਜ਼ੀ ਯੂਟਿਊਬ ਦੇਖਦੇ ਰਹੋ, ਕੋਈ ਚੱਕਰ ਨਹੀਂ ਹੈਗਾ. ਲੇਕਿਨ ਟਾਈਮ ਨਾਲ ਸੌਂ ਜਾਣਾ ਜਿਹੜਾ ਨਾ ਉਹ ਵੀ ਬਿਹਤਰ ਆ. ਸੁਬਾਹ ਫਿਰ ਉੱਠ ਕੇ ਨਮਾਜ਼ ਪੜ੍ਹਨੀ ਜਿਹੜੀ ਹੈ ਨਾ, ਉਹ ਮਤਲਬ ਦੇਖੋਗੇ ਸਾਡੇ ਰੱਬ ਨੂੰ ਇਹ ਚੀਜ਼ ਪਸੰਦ ਆ ਕਿ ਬੰਦਾ ਰਾਤੀ ਸੁੱਤਾ ਸੁਬਾਹ. ਮਤਲਬ ਹੁਣ ਮਤਲਬ ਠੰਡ ਜੀ ਹੈਗੀ ਥੋੜ੍ਹੀ ਜਿਹੀ, ਠੰਡ 'ਚ ਉੱਠ ਕੇ ਨਮਾਜ਼ ਪੜ੍ਹਨੀ. ਵੈਸੇ ਆਪਸ ਦੀ ਗੱਲ ਆ, ਖਾ ਲਈ ਦਾ ਵਾੜਾ ਨਹੀਂ. ਲੇਕਿਨ ਅੱਲਾਹ ਤਾਲਾ ਖੁਸ਼ ਕਰਨ ਵਾਸਤੇ ਜਿਹੜਾ ਨਾ ਸਾਰਾ ਕੁਛ ਕਰਨਾ ਪੈਂਦਾ ਵਾ. ਇਹੀ ਮਤਲਬ ਸਾਰਾ ਹੈ ਜੇ ਆਪਣਾ ਸਿਸਟਮ ਤੁਹਾਡਾ ਨਮਾਜ਼ ਦੇ ਨਾਲ ਹੀ. ਅਤੇ ਉਹ ਅਬਕਰੀ ਵਾਲੇ ਵੀ ਇਹੀ ਦੱਸਦੇ ਆ ਕਿ ਸੁਬਾਹ ਟਾਈਮ ਇਸ ਟਾਈਮ ਅਗਰ ਤੁਸੀਂ ਲੈਂਦੇ ਹੋ ਨਾ ਲੰਬੇ ਸਾਹ, ਅਤੇ ਫਿਰ ਮਤਲਬ ਤੇ ਸਾਹ ਹੀ ਮੁੱਕੇ ਹੋਏ. ਰੱਖਣਾ ਵੀ ਹੁੰਦਾ ਸਾਹ ਲੈ ਕੇ, ਫਿਰ ਹੀ ਉਹਨੂੰ ਬ੍ਰੀਥ ਇਨ ਬ੍ਰੀਥ ਆਊਟ ਰਹਿਣ ਦੋ. ਚਲੋ ਜੀ, ਇਹ ਤਾਂ ਹੋ ਗਿਆ ਕੰਮ ਸਿਸਟਮ. ਮੈਂ ਰਾਤੀ ਸੁਣ ਰਹੀ ਸੀ ਨਾ ਹਜ਼ਰਤ ਮੌਲਾਨਾ ਤਾਰਕ ਜਮੀਲ ਸਾਹਿਬ ਦਾ ਨਿਆ ਬਿਆਨ ਆਇਆ ਨਾ ਲਾਈਵ, ਉਹਨਾਂ ਨੇ ਕੀਤਾ. ਉਹਨਾਂ ਨੇ ਕਿਹਾ ਕਿ ਇਸਲਾਮ ਮੁਕੰਮਲ ਦੀਨ ਆ, ਜਿਹਦੇ 'ਚ ਸਾਡਾ ਇਸਲਾਮ ਦੱਸਦਾ ਸਾਰੇ ਹਕੂਕ ਦੇ ਬਾਰੇ 'ਚ, ਮਾਂ ਬਾਪ ਵੀ, ਹਸਬੈਂਡ, ਭੈਣ ਭਰਾ ਨਾ, ਸਭ ਰਿਸ਼ਤੇ. ਉਹ ਕਹਿੰਦੇ ਇੱਕ ਜਗ੍ਹਾ 'ਤੇ ਨਾ ਹਜ਼ਰਤ ਮੂਸਾ ਅਲੈਹਿ ਸਲਾਮ ਆਪਣੇ ਕਾਫਲੇ ਨਾਲ ਸੀਗੇ, ਅਤੇ ਉਹਨਾਂ ਨੇ ਕਿਹਾ ਕਿ ਅੱਲਾਹ ਕੋ ਦੁਆ ਕੀਤੀ ਬਾਰਿਸ਼ ਦੀ. ਉਹ ਕਹਿੰਦੇ ਤੁਹਾਡੇ ਲੋਕਾਂ 'ਚ ਇੱਕ ਬੰਦਾ ਵਾ ਜਿਹੜਾ ਕਿ ਨਾ ਨਾਫਰਮਾਨੀ ਕਰ ਰਿਹਾ 40 ਸਾਲ ਤੋਂ, ਅਤੇ ਉਹਦੀ ਵਜ੍ਹਾ ਤੋਂ ਮੈਂ ਬਾਰਿਸ਼ ਨਹੀਂ ਕਰ ਰਿਹਾ. ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਨਾ ਵੀ ਉਹਨਾਂ ਨੇ ਕਿਹਾ ਕਿ ਉਹ ਬੰਦਾ ਇੱਧਰ ਕਰ ਦਿਉ, ਜਾਂ ਮੈਨੂੰ ਨਹੀਂ ਸਮਝ ਆਈ ਕਿ, ਜਾਂ ਫਿਰ ਇੱਧਰ ਹੋ ਜਾਏ. ਕਹਿੰਦੇ ਉਹ ਨਹੀਂ, ਉਹ ਕਹਿੰਦੇ ਉਹਨੂੰ ਉਹ ਕਾਫ ਉਸ ਜਗ੍ਹਾ ਤੋਂ ਹਟਾ ਦਿਓ. ਹਾਂ, ਤੇ ਮੈਂ ਅੱਲਾ ਮੈਂ ਆਪਣੀ ਰਹਿਮਤ ਉੱਥੇ ਕਰ ਦਿਆਂ, ਕਿਉਂਕਿ ਉਹ ਮੁਨਾਫਕ ਆ, ਉਹਨੇ 40 ਸਾਲ ਤੋਂ ਮੇਰਾ ਨਾਮ ਨਹੀਂ ਲਿਆ. ਉਸੇ ਟਾਈਮ ਹੀ ਉਹ ਬੰਦੇ ਨੇ ਦਿਲ 'ਚ ਕਿਹਾ ਕਿ ਮੈਂ ਜਦੋਂ ਤੇਰੀ ਨਾਫਰਮਾਨੀ ਕਰਦਾ ਸੀ ਤੂੰ ਮੇਰਾ ਫਿਰ ਵੀ ਪਰਦਾ ਰੱਖਿਆ, ਅਤੇ ਅੱਜ ਇੰਨੇ ਲੋਕਾਂ ਦੇ ਸਾਹਮਣੇ ਮੇਰੀ ਬੜੀ ਇਨਸਲਟ ਹੋਏਗੀ, ਅਤੇ ਅੱਜ ਵੀ ਮੇਰੀ ਇੱਜ਼ਤ ਰੱਖ ਲਾ. ਅਤੇ ਤਾਰਕ ਜਮੀਲ ਸਾਹਿਬ ਇਹ ਦੱਸ ਰਹੇ ਸੀਗੇ ਕਿ ਲੈਵਲ ਇੱਕ ਹੁੰਦਾ ਕਿ ਇਬਾਦਤ ਕਰਨੀ ਕਿ ਅੱਲਾਹ ਵਾਸਤੇ ਕਿ ਅੱਲਾਹ ਅੱਲਾਹ ਵਾ ਨਾ, ਜਾਂ ਮਾਫ਼ੀ ਮੰਗਣੀ. ਕਹਿੰਦੇ ਇੱਕ ਹੁੰਦਾ ਕਿ ਅਸੀਂ ਆਪਣੇ ਲਾਲਚ ਲਈ ਇਹ ਕਰਦੇ ਹਾਂ ਨਾ ਕਿ ਆਹ ਚੀਜ਼ ਦੇ ਦਿਉ. ਕਹਿੰਦੇ ਉਹ ਬੰਦੇ ਦੀ ਸੀ ਕਿ ਮੇਰੀ ਇੱਜ਼ਤ ਨਾ ਖਰਾਬ ਹੋਏ, ਉਹ ਜ਼ਰਾ ਹੋਰ ਲੈਵਲ 'ਤੇ ਸੀਗੀ. ਲੇਕਿਨ ਕਹਿੰਦੇ ਫਿਰ ਵੀ ਅੱਲਾਹ ਨੇ ਫੌਰਨ ਹੀ ਬਾਰਿਸ਼ ਕਰਤੀ. ਅਤੇ ਹਜ਼ਰਤ ਮੂਸਾ ਅਲੈਹਿ ਸਲਾਮ ਨੇ ਕਿਹਾ ਕਿ ਅੱਲਾਹ ਪਾਕ ਤੁਸੀਂ ਤਾਂ ਹੁਣੇ ਕਿਹਾ ਸੀ ਕਿ ਵੀ ਉਹਨੂੰ ਲੈਦਾ ਕਰ ਦਿਉ, ਬੰਦਾ ਵੀ ਨਹੀਂ ਲੈਦਾ ਹੋਇਆ ਅਤੇ ਬਾਰਿਸ਼ ਵੀ ਹੋ ਗਈ. ਉਹ ਕਹਿੰਦੇ ਕਿ ਉਹ ਫੌਰਨ ਹੀ ਉਸ ਬੰਦੇ ਦੇ ਤਫੈਲ ਹੀ ਮੈਂ ਬਾਰਿਸ਼ ਕਰ ਦਿੱਤੀ, ਕਿਉਂਕਿ ਉਹਨੇ ਫੌਰਨ ਹੀ ਯਾਨੀ ਕਿ ਨਾ ਤੌਬਾ ਕਰ ਲਈ. ਹਾਂ, ਉਹਨੇ ਫੌਰਨ ਹੀ
ਤੇ ਉਹ ਦੱਸ ਰਹੇ ਸੀਗੇ ਮਾਫੀ ਮੰਗ ਲਈ ਅੱਲਾਹ ਤਾਲਾ ਨੇ ਉਸੇ ਟਾਈਮ ਉਹਨੂੰ ਮਾਫ ਕਰਤਾ। ਮਕਸਦ ਹੈ ਕਿ ਅੱਲਾਹ ਤਾਲਾ ਦੇ ਦਰਵਾਜ਼ੇ 24 ਘੰਟੇ ਖੁੱਲੇ ਆ ਮਾਫੀ ਮੰਗਣ ਦੇ, ਜਦੋਂ ਮਰਜ਼ੀ ਮਾਫੀ ਮੰਗੋ ਅੱਲਾਹ ਤਾਲਾ ਮਾਫ ਕਰਦਾ। ਅੱਲਾਹ ਤਾਲਾ ਰਹੀਮ, ਅੱਲਾਹ ਤਾਲਾ ਕਰੀਮ ਆ, ਠੀਕ ਹੈ ਨਾ, ਅੱਲਾਹ ਤਾਲਾ ਦੇ ਨਾਮ ਨੇ ਇਹ, ਤੇ ਮਾਫੀ ਮੰਗਦੇ ਰਹਿਣਾ ਚਾਹੀਦਾ, ਤੌਬਾ ਅਸਤਗਫਾਰ ਕਰਦੇ ਰਹਿਣਾ ਚਾਹੀਦਾ। ਇਸ ਲਈ ਕਹਿੰਦੇ ਕਿ 24 ਘੰਟੇ ਅਸਤਗਫਿਰੁੱਲਾਹ ਦੀ ਤਸਬੀਹ ਪੜੋ, ਅਸਤਗਫਿਰੁੱਲਾਹ ਅਸਤਗਫਿਰੁੱਲਾਹ। ਅੱਲਾਹ ਤਾਲਾ ਨੂੰ ਬਹੁਤ ਪਸੰਦ ਆ ਲਾ ਇਲਾਹਾ ਇਲੱਲਾ। ਇਹ ਹਜ਼ਰਤ ਮੂਸਾ ਅਲੈਹਿ ਸਲਾਮ ਨੂੰ ਫਰਮਾਇਆ ਸੀ ਅੱਲਾਹ ਤਾਲਾ ਨੇ ਕਿ ਸਭ ਤੋਂ ਟੌਪ ਦੀ, ਉਹਨਾਂ ਨੇ ਕਿਹਾ ਸੀ ਮੈਨੂੰ ਦੱਸੋ ਜਿਹੜਾ ਮੈਂ ਜ਼ਿਕਰ ਕਰਾਂ। ਅੱਲਾਹ ਤਾਲਾ ਨੇ ਕਿਹਾ ਸੀ ਸਿਰਫ ਤੁਸੀਂ ਜਿਹੜਾ ਨਾ ਲਾ ਇਲਾਹਾ ਇਲੱਲਾ ਪੜ ਲਿਆ ਕਰੋ। ਤੇ ਉਹ ਕਹਿੰਦੇ ਕਿ ਸਭ ਤੋਂ ਅੱਛਾ ਮਰਦ ਉਹ ਵਾ ਜਿਹੜੀ ਆਪਣੀ ਵਾਈਫ ਨਾਲ ਹੁਸਨੇ ਸਲੂਕ ਕਰੇ। ਕਹਿੰਦੇ ਕਿ ਸਭ ਦੇ ਹਕੂਕ ਆ ਮਾਂ ਪਿਓ ਦਾ, ਕਹਿੰਦੇ ਹਜ਼ਰਤ ਅਵੈਸ ਕਰਨੀ ਹਜ਼ਰਤ ਅਵੈਸ ਕਰਨੀ ਰਜ਼ੀ ਅੱਲਾਹ ਤਾਲਾ ਨੂੰ, ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਵਾਲਦਾ ਦੀ ਖਿਦਮਤ ਕੀਤੀ। ਆਪ ਸਰਕਾਰ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ ਸੀ ਕਿ ਹਜ਼ਰਤ ਕਰਨੀ ਜਿਹੜੇ ਨੇ ਨਾ ਉਹ ਅਗਰ ਜੰਨਤ ਦੇ ਦਰਵਾਜ਼ੇ ਤੇ ਖੜੇ ਹੋ ਜਾਣ ਨਾ ਤੇ ਅੱਲਾਹ ਤਾਲਾ ਉਹਨਾਂ ਦੇ ਤੋਂ ਫੈਲ ਪਤਾ ਨਹੀਂ ਕਿੰਨੀ ਦੁਨੀਆ ਨੂੰ ਬਖਸ਼ ਦੇਗਾ। ਕਹਿੰਦੇ ਕਿ ਹਜ਼ਰਤ ਮੂਸਾ ਅਲੈਹਿ ਸਲਾਮ ਨੇ ਵੀ ਅੱਲਾਹ ਤੋਂ ਪੁੱਛਿਆ ਕਿ ਮੇਰਾ ਜੰਨਤ ਦਾ ਸਾਥੀ ਕੌਣ ਹੋਏਗਾ। ਉਹਨਾਂ ਨੇ ਕਿਹਾ ਕਿ ਇੱਕ ਬੁੱਚਰ ਹੈ ਨਾ, ਤੇ ਉਹ ਬੁੱਚਰ ਵੀ ਕੋਈ, ਇਹ ਨਹੀਂ ਕਿਹਾ ਕਿ ਕੋਈ ਐ ਜਾਂ ਇਸ ਤਰ੍ਹਾਂ, ਹਾਂ ਮਤਲਬ ਬੁੱਚਰ ਨਹੀਂ ਮਤਲਬ ਇੱਕ ਕਸਾਈ ਆ, ਕਸਾਈ ਹਾਂ, ਤੇ ਉਹ ਤੇਰਾ ਹੋਣਗੇ ਆਪਣਾ ਪੜੋਸੀ। ਕਹਿੰਦੇ ਉਹ ਅੱਲਾਹ ਕੋ ਇਜਾਜ਼ਤ ਲੈ ਕੇ ਉਹਨੂੰ ਦੇਖਣ ਗਏ ਤੇ ਉਹ ਕਸਾਈ ਸ਼ੌਪ ਬੰਦ ਕਰਨ ਤੋਂ ਬਾਅਦ ਦੋਸ਼ ਲੈ ਕੇ ਕੁਰਾਨ ਪਾਕ ਚ ਬੜੀ ਦਫਾ ਮੀਆਂ ਬੀਵੀ ਦਾ ਜ਼ਿਕਰ ਹੋਇਆ। ਮੌਲਾਨਾ ਤਾਰਿਕ ਜਮੀਲ ਸਾਹਿਬ ਨੇ ਕਿਹਾ ਕਿ ਮੀਆਂ ਬੀਵੀ ਦਾ ਰਿਸ਼ਤਾ ਦੁਨੀਆਂ ਸਭ ਤੋਂ ਪਹਿਲੇ ਆਇਆ। ਉਹ ਕਹਿੰਦੇ ਕਿ ਇਹ ਵੀ ਦੇਖਿਆ ਜਾਣਾ ਕਿ ਬੀਵੀ ਨੇ ਕੀ ਹੁਸਨ ਸਲੂਕ ਕੀਤਾ ਤੇ ਹਸਬੈਂਡ ਨੇ ਕੀ ਕੀਤਾ ਨਾ ਆਪਣੀ ਵਾਈਫ ਦੇ ਨਾਲ। ਤੇ ਉਹਨਾਂ ਨੇ ਦੱਸਿਆ ਕਿ ਸਾਡੇ ਪ੍ਰੋਫਿਟ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਆਪਣੇ ਘਰ ਆਉਂਦੇ ਸੀ ਨਾ ਜੀ ਜੀ, ਉਹ ਨਬੂਵਤ ਦੇ ਜਿਹੜੇ ਪੈਗਾਮ ਹੁੰਦੇ ਸੀ ਇੱਕ ਪਾਸੇ ਛੋੜ ਕੇ, ਫਿਰ ਜਦੋਂ ਘਰ ਆਉਂਦੇ ਸੀ ਫਿਰ ਆਪਣੀ ਵਾਈਫ ਤੇ ਆਪਣੇ ਬੱਚੇ ਚ ਘਰ ਨੂੰ ਟਾਣ ਦਿੰਦੇ ਸੀ। ਇਹ ਨਹੀਂ ਕਰਦੇ ਸੀ ਅੱਜ ਕੱਲ੍ਹ ਦੇ ਹਸਬੈਂਡ ਦੀ ਤਰ੍ਹਾਂ ਕਿ ਬੱਚੇ ਬੈਠੇ ਆ ਤੇ ਫੋਨ ਤੇ ਮੋਬਾਈਲ ਫੋਨ, ਇਹ ਵੀ ਉਹ ਦੱਸ ਰਹੇ ਸੀਗੇ। ਜ਼ਾਹਰਾ ਜੀ ਉਹ ਤਾਂ ਫਿਰ ਮਤਲਬ ਉਹ ਤਾਂ ਸੋਹਣੀ ਸਰਕਾਰ ਸਨ ਨਾ, ਉਹਨਾਂ ਦੀ ਤਾਂ ਕੀ ਬਾਤ ਆ ਨਾ। ਹਾਂਜੀ ਅਸੀਂ ਤਾਂ ਮਤਲਬ ਖਤਾਕਾਰ ਲੋਕ ਹਾਂ, ਠੀਕ ਹੈ ਨਾ, ਸਾਡੇ ਕੋਲ ਤਾਂ ਖਤਾਵਾਂ ਹੋ ਰਹੀਆਂ ਨੇ, ਅੱਲਾ ਮਾਫ਼ ਕਰੇ। ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਮਾਜ਼ਰਤ ਦੇ ਨਾਲ ਅੱਜ ਕੱਲ੍ਹ ਦਾ ਜਿਹੜਾ ਸਸੁਰਾਲ ਆ ਨਾ ਬਹੁਤ ਜ਼ਾਲਮ ਆ, ਉਹ ਕਹਿੰਦੇ ਕਿ ਬਹੁਤ ਘੱਟ ਐਸੇ ਲੋਕ ਆ ਜਿਹੜੇ ਕਿਸੇ ਦੀ ਬੇਟੀਆਂ ਨੂੰ ਇੱਜ਼ਤ ਦਿੰਦੇ ਆ। ਅੱਲਾਹ ਪਾਕ ਸਾਰਿਆਂ ਵਾਸਤੇ ਆਸਾਨੀਆਂ ਪੈਦਾ ਕਰੇ। ਹਾਂਜੀ ਅੱਲਾਹ ਪਾਕ ਸਾਰਿਆਂ ਨੂੰ ਆਪਣੇ ਹਿਫਜ਼ੋ ਮਾਨ ਚ ਰੱਖੇ। ਹਾਂਜੀ ਇਜਾਜ਼ਤ ਦਿਓ, ਮੈਂ ਜਰਾ ਨਾਸ਼ਤਾ ਕਰ ਲਵਾਂ। ਹਾਂਜੀ ਥੈਂਕ ਯੂ ਸਰ, ਬਹੁਤ ਸਾਰਾ ਕੁਝ ਸੁਣਨ ਲਈ। ਹਾਂਜੀ ਅਸਲਾਮ ਅਲੈਕੁਮ। ਇੱਕ ਸੂਟ ਮੈਂ ਪਾਇਆ ਹੋਇਆ ਤੇ ਇੱਕ ਰੱਖਿਆ ਹੋਇਆ ਤਾਂ ਦਿਖਾਉਣ ਵਾਸਤੇ। ਹਾਂਜੀ ਹਮ ਜਾ ਰਹੇ ਹਾਂ। ਇਹ ਮੈਂ ਰੈਡੀਮੇਡ ਲਿਆ ਜਨੇਜ ਜਮਸ਼ੇਦ ਤੋਂ, ਡਿਨਰ ਪੇ ਜਾ ਰਹੇ ਹਾਂ। ਹਾਂ ਡਿਨਰ ਤੇ ਚਲੀ, ਮੈਂ ਰੋਜ਼ ਡਿਨਰ ਹੁੰਦੇ ਨੇ ਤੇ ਇਹਦੇ ਨਾਲ ਹੈ ਚੂੜੀ ਪਜਾਮਾ। ਹਾਂਜੀ ਇਹਦਾ ਦੁਪੱਟਾ ਬਹੁਤ ਅੱਛਾ ਵਾ। ਐਸੇ ਰੈਡੀਮੇਡ ਹੀ ਲਿਆ ਨਾ? ਹਾਂ ਇੱਦਾਂ ਹੀ ਲਿਆ ਮੈਂ। ਕਿੰਨੇ ਕਾ ਇਹ ਲਿਆ ਵਾ? ਤਕਰੀਬਨ 10,000 ਦਾ। ਕਿਸੇ ਮੌਕੇ ਤੇ ਫਿਰ ਬੰਦਾ ਅੱਛਾ ਜਿਹਾ ਦੇਖ ਕੇ ਲੈ ਲੈਂਦਾ ਵਾ। ਮੈਰੂਨ ਡਰੈਸ, ਇਸਕਾ ਦੁਪੱਟਾ ਦਿਖਾਏ। ਇਹ ਵਾਲੇ ਦੁਪੱਟੇ ਵੀ ਅੱਛੇ ਆ ਰਹੇ ਨੇ। ਹਾਂ ਇਹ ਹੰਦਰ ਵੀ ਮਹਿੰਗੇ ਨੇ। 2-3,000 ਤੋਂ ਸਟਾਰਟ ਹੁੰਦੇ ਨੇ। ਅੱਛਾ ਸਿਰਫ ਦੁਪੱਟਾ। ਇਸ ਲਈ ਫਿਰ ਸਹੀ ਰਹਿੰਦਾ ਨਾ, ਦੇਖੋ ਪਹਿਲੇ ਲੈ ਲਿਆ ਵੀ ਅੱਛਾ ਲੱਗ ਰਿਹਾ ਵਾ। ਅੱਲਾ ਦਾ ਹੈਡੇਕ ਨਹੀਂ ਹੈ। ਇਹ ਕੁਝ ਸਮਾਨ ਰਹਿਤਾ ਥਾ ਆਪਕੋ ਦਿਖਾਨੇ ਕੇ ਲੀਏ, ਇਹ ਹਮੇ ਸੀਧਾ ਚਾਹੀਏ। ਪੈਕਿੰਗ ਤਾਂ ਬਹੁਤ ਅੱਛੀ ਹੋਈ ਹੈ, ਮੈਂ ਸੁਗਰ ਦੇਖਿਆ। ਇਹ ਸ਼ੈਂਪੂ ਬਹੁਤ ਅੱਛਾ ਸ਼ੈਂਪੂ ਹੈ, ਪਾਕਿਸਤਾਨ ਸੇ ਆਈ ਹੈ ਇਹ ਚੀਜ਼ੇ। ਹਾਂਜੀ ਸਾਰੀ
आ गई। अगर किसी को कोई शैम्पू ना सूट करता तो ये वाला ट्राई करें, ये बहुत अच्छा शैम्पू है सबके लिए। पैकिंग तो बहुत ट्रिपल हुई हुई है ना, एमिटी की प्लेटा होनी है यकीन, है ना, ये मिट्टी की प्लेटा का ही वजन सीगा है ना। ये है कढ़ाई, ये भी फिक्स होने वाला वा, कढ़ाई अच्छी लगी। हाँ जी शुक्र है, तेरे पसंद आ रहे हैं। कढ़ाई अच्छी लगी? हाँ जी खुश हुई है, स्टील दी है ना। ਹੋਏ ਕਿਵੇਂ ਹੋਏ, ਕਿੱਦਾਂ ਨੂੰ ਕੈਂਚੀ ਜਾਵੇ ਇਹ ਵਾਲੀ। ਚਲੋ ਹਾਂਜੀ ਮਿੱਟੀ ਦੀ ਪਲੇਟਾਂ ਬੜੀ ਬਾਤ ਹੈ ਨਾ, ਟੂਟੀ ਨਹੀਂ ਹੈ ਹੈ ਨਾ, ਪੈਕਿੰਗ ਜਿੱਦਾਂ ਦੀ ਹੈ ਉਹ ਜਿੰਨੀ ਮੇਰੇ ਚੱਕ ਕੇ ਫਿੱਟ ਲਾ। ਅੱਛਾ ਬੜੀ ਬਬਲ ਰੈਪ ਹੈ ਨਾ ਉੱਪਰ, ਬਬਲ ਰੈਪ ਹੈ। ਕੀ ਹੁੰਦਾ ਸੋ ਸ਼ੈਂਪੂ,